और तुसी देखो कि पैरां दे विच कुछ पाया भी नहीं होया उस नौजवान दे, और ये कहिंदे आ कि असीं पहिलां भी इत्थे आउणे आ। ਆਪਾਂ ਤਾਂ ਕੀ ਹੁੰਦੇ ਹਾਂ, ਆਉਣ ਵਾਲੇ ਉਹੀ ਬੁਲਾਉਂਦਾ ਹੁੰਦਾ ਜੀ ਆਪਾਂ ਨੂੰ, ਨਹੀਂ ਆਪਾਂ 'ਚ ਕੀ ਹਿੰਮਤ ਜੀ ਬਿਨਾਂ ਬੁਲਾਏ ਆਪਾਂ ਆਪ ਆ ਜੀ। ਸੋਹਾਣਾ ਸਾਹਿਬ ਤੋਂ ਆਈ, ਅਸੀਂ ਮੇਨ ਕੁੰਬੜੇ ਤੋਂ ਆਈ ਅਸੀਂ ਦੋਨੋਂ, ਇਹ ਸੋਹਾਣਾ ਸਾਹਿਬ ਤੋਂ ਆਈ, ਅਸੀਂ ਸੋਹਾਣਾ ਸਾਹਿਬ ਤੋਂ ਇਕੱਠੇ ਹੋਏ ਜੀ ਮੱਥਾ ਟੇਕ ਕੇ, ਪ੍ਰਣਾਮ ਕਰਕੇ ਵੀ ਸਫਲ ਰੱਖੇ ਹੋਈ ਯਾਤਰਾ 'ਚ। ਪਿਛਲੇ ਵਾਰ ਮੇਰੀ ਲੱਤ ਦੁਖਦੀ ਸੀਗੀ ਜੀ, ਮੈਂ ਬੜਾ ਦੇਖਿਆ ਜੀ, ਮਤਲਬ ਨਾ ਇਹ ਸੁੰਨ ਰਹਿੰਦੀ ਸੀਗੀ, ਮਤਲਬ ਬੜਾ ਤੰਗ ਸੀ ਮੈਂ, ਅਤੇ ਪਿਛਲੇ ਵਾਰ ਵੀ ਮੈਂ ਨਹਾਉਂਦਾ ਸੀਗਾ, ਮੈਨੂੰ ਐਂ ਹੁੰਦਾ ਸੀਗਾ ਵੀ ਮਤਲਬ ਲੱਤ ਦੁਖਦੀ ਆ, ਮੈਂ ਕਿਵੇਂ ਜਾਊਂਗਾ। ਮੈਂ ਕਿਹਾ ਚਲੋ ਤਰਦੇ ਹਾਂ, ਮਾਲਕ ਆਪੇ ਪਜਾਊਗਾ ਜੀ। ਪੋਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਅੱਤ ਦੇ ਜ਼ੁਲਮ ਅੱਗੇ ਸਿਦਕ ਅਤੇ ਸਬਰ ਦੀ ਗਵਾਹੀ ਭਰਦੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ। ਅੱਜ ਇਸ ਧਰਤੀ ਦੇ ਉੱਤੇ ਨਤਮਸਤਕ ਹੋਣ ਦੇ ਲਈ ਪਹੁੰਚਿਆ ਛੋਟੇ ਸਾਹਿਬਜ਼ਾਦਿਆਂ ਨੂੰ ਇਸੇ ਧਰਤੀ ਦੇ ਉੱਤੇ ਜ਼ਾਲਮ ਹਕੂਮਤ ਦੇ ਵੱਲੋਂ ਸ਼ਹੀਦ ਕੀਤਾ ਗਿਆ ਸੀ। ਇਹਨਾਂ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੂਰ ਦੁਰਾਡੇ ਤੋਂ ਇੱਥੇ ਪਹੁੰਚਦੀਆਂ ਨੇ ਉਸ ਦਰਦ ਨੂੰ, ਉਸ ਪੀੜ ਨੂੰ ਅਹਿਸਾਸ ਕਰਨ ਦੇ ਲਈ ਜੋ ਉਸ ਸਮੇਂ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਪਿੰਡੇ ਦੇ ਉੱਤੇ ਹੰਡਾਇਆ ਸੀ। ਅੱਜ ਇਸੇ ਧਰਤੀ ਦੇ ਉੱਤੇ ਪਹੁੰਚੇ ਹਾਂ, ਇੱਥੇ ਜਿਹੜੇ ਲੋਕ ਪਹੁੰਚੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਕਿਉਂਕਿ ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਇਸ ਜਗ੍ਹਾ ਦੇ ਉੱਤੇ ਪਹੁੰਚਦਾ ਇਸ ਅਹਿਸਾਸ ਨੂੰ ਮਹਿਸੂਸ ਕਰਨ ਦੇ ਲਈ। ਬਹੁਤ ਸਾਰੇ ਲੋਕ ਨੰਗੇ ਪੈਰੀ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਆ, ਬਹੁਤ ਸਾਰੇ ਲੋਕ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਵੀ ਹੈ ਜੋ ਹੇਠਾਂ ਭੁੰਜੇ ਸੌਂਦੇ ਨੇ ਔਰ ਇਸ ਚੀਜ਼ ਨੂੰ ਅਹਿਸਾਸ ਕਰਦੇ ਆ। ਇਸ ਤੋਂ ਇਲਾਵਾ ਬਹੁਤ ਸਾਰੇ ਬਜ਼ੁਰਗ ਵੀ ਨੇ ਜੋ ਪੈਦਲ ਚੱਲ ਕੇ ਦੂਰ ਦੁਰਾਡੇ ਤੋਂ ਇਸ ਜਗ੍ਹਾ ਦੇ ਉੱਤੇ ਆਉਂਦੇ ਆ। ਅੱਜ ਇਸੇ ਥਾਂ ਦੇ ਉੱਤੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ। ਤੜਕੇ 3 ਵਜੇ ਦਾ ਸਮਾਂ ਜਿਹੜਾ ਉਹ ਹੋ ਚੁੱਕਿਆ, ਇਸ ਸਮੇਂ ਵੀ ਇਹ ਪੈਦਲ ਜਾ ਰਹੇ ਨੇ ਔਰ ਤੁਸੀਂ ਦੇਖੋ ਕਿ ਪੈਰਾਂ ਦੇ ਵਿੱਚ ਕੁਝ ਪਾਇਆ ਵੀ ਨਹੀਂ ਹੋਇਆ ਉਸ ਨੌਜਵਾਨ ਦੇ, ਔਰ ਇਹ ਕਹਿੰਦੇ ਆ ਕਿ ਅਸੀਂ ਪਹਿਲਾਂ ਵੀ ਇੱਥੇ ਆਉਣੇ ਆ। ਇਹਨਾਂ ਨੂੰ ਰੁਕਿਆ, ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਆਖਿਰ ਕਿਉਂ ਇਸ ਤਰ੍ਹਾਂ, ਬਈ ਕੀ ਲੱਗਦਾ ਕਿਉਂ ਇਵੇਂ ਕਿਉਂ ਆਉਣੇ ਹੋ ਤੁਸੀਂ, ਕੀ ਸ਼ਰਧਾ ਆ, ਕੀ ਲੱਗਦਾ ਇਸ ਇਹਦੇ ਵਿੱਚ ਕੀ ਹੋਊਗਾ? ਵਾਹੀ ਸ਼ਰਧਾ ਹੁੰਦੀ ਹੈ, ਇੱਦਾਂ ਹੁੰਦਾ ਜੀ ਆਪਾਂ ਗੁਰੂ ਘਰ ਜਾ ਕੇ ਮੱਥਾ ਟੇਕ ਲਈਏ, ਊਂ ਵੀ ਆਪਾਂ ਆਪਣੇ ਰੋਜ਼ਾਨਾ ਸਮੇਂ ਵਿੱਚ ਕੋਈ ਨਾ ਕੋਈ ਚੀਜ਼ਾਂ ਕਰਨ ਲਈ ਸਮਾਂ ਕੱਢਦੇ ਹਾਂ, ਤਾਂ ਫਿਰ ਇਹ ਸ਼ਹੀਦੀ ਦਿਨਾਂ 'ਚ ਵੀ ਸਾਨੂੰ ਕੁਛ ਨਾ ਕੁਛ ਆਪਣੇ ਲਈ ਮਤਲਬ ਪਰਮਾਤਮਾ ਲਈ ਸਮਾਂ ਕੱਢਣਾ ਚਾਹੀਦਾ ਜੀ। ਤਾਂ ਹੀ ਸਾਨੂੰ ਇੱਦਾਂ ਹੁੰਦਾ ਤਾਂ ਜੀ ਵੀ ਚਲੋ ਆਪਾਂ ਪਰਮਾਤਮਾ ਦੇ ਚਾਲੇ ਨੇੜੇ ਲੱਗੀਏ ਮਾੜਾ ਜਿਹਾ, ਚਲੋ ਆਪਾਂ ਤਾਂ ਕੀ ਹੁੰਦੇ ਆਉਣ ਵਾਲੇ ਉਹੀ ਬੁਲਾਉਂਦਾ ਹੁੰਦਾ ਜੀ ਆਪਾਂ ਨੂੰ, ਨਹੀਂ ਆਪਾਂ 'ਚ ਕੀ ਹਿੰਮਤ ਜੀ ਬਿਨਾਂ ਬੁਲਾਏ ਆਪਾਂ ਆਪ ਆ ਜਾਈਏ, ਉਹ ਤਾਂ ਮਾਲਕ ਹੈ ਜੀ ਆਪਾਂ ਨੂੰ ਜਿਹੜਾ ਬੁਲਾ ਲੈਂਦਾ ਜੀ। ਥੋੜ੍ਹਾ ਉਰੇ ਨੂੰ ਆ ਜਾਇਓ ਕਿਉਂਕਿ ਧੁੰਦਾ ਨਾ ਪਿੱਛੋਂ ਟ੍ਰੈਫਿਕ ਗੱਡੀਆਂ ਵੀ ਆ ਰਹੀਆਂ ਗੀਆਂ। ਤੁਸੀਂ ਆਏ ਕਿੱਥੋਂ ਵੈਸੇ? ਅਸੀਂ ਸੋਹਾਣਾ ਸਾਹਿਬ ਤੋਂ ਆਈ, ਅਸੀਂ ਮੇਨ ਕੁੰਬੜੇ ਤੋਂ ਆਈ ਅਸੀਂ ਦੋਨੋਂ, ਇਹ ਸੋਹਾਣਾ ਸਾਹਿਬ ਤੋਂ ਆਈ, ਅਸੀਂ ਸੋਹਾਣਾ ਸਾਹਿਬ ਤੋਂ ਇਕੱਠੇ ਹੋਏ ਜੀ ਮੱਥਾ ਟੇਕ ਕੇ, ਪ੍ਰਣਾਮ ਕਰਕੇ ਵੀ ਸਫਲ ਰੱਖੇ ਹੋਈ ਯਾਤਰਾ 'ਚ, ਵੀ ਚਲੋ ਬਾਬੇ ਦੀ ਮਿਹਰ ਨਾਲ ਇੱਥੇ ਤੱਕ ਆ ਗਏ ਜੀ। 9 ਵਜੇ ਤੁਰੇ ਸੀਗੇ, ਹੁਣ 3 ਵਜੇ ਦਾ ਸਮਾਂ ਹੋ ਗਿਆ ਜੀ। ਬਿਲਕੁਲ 9 ਵਜੇ ਕਹਿੰਦੇ ਕਿ ਅਸੀਂ ਰਾਤ ਨੂੰ ਉੱਥੋਂ ਚੱਲੇ ਸੀਗੇ, ਪਰ ਹੁਣ 3:45 ਦਾ ਸਮਾਂ ਹੋ ਚੱਲਿਆ। ਪਹਿਲਾਂ ਮੈਂ 3 ਵਜੇ ਦਾ, ਮੈਨੂੰ ਵੀ ਅੰਦਾਜ਼ਾ ਨਹੀਂ ਸੀਗਾ, ਪਰ ਹੁਣ ਟਾਈਮ ਵੇਖਿਆ ਫੋਨ ਦੇ ਉੱਤੇ ਅਤੇ 4:45 ਦਾ ਸਮਾਂ ਆ, ਮਤਲਬ ਤੁਸੀਂ ਤੁਹਾਨੂੰ ਘੱਟੋ ਘੱਟ 6 ਤੋਂ ਜ਼ਿਆਦਾ ਘੰਟੇ ਹੋ ਚੱਲੇ, 7 ਘੰਟੇ ਹੋ ਚੱਲੇ ਤਕਰੀਬਨ, ਹੈ ਨਾ? ਹਾਂਜੀ, ਹਰੇਕ ਵਾਰ ਆਪਣੇ 7 ਘੰਟੇ ਹੀ ਲੱਗਦੇ ਹਾਂ ਜੀ, ਅਸੀਂ ਮਤਲਬ ਉਸੇ ਹਿਸਾਬ ਨਾਲ ਤੁਰੀਦਾ ਵੀ ਆਪਾਂ 9 ਵਜੇ ਤੁਰ ਕੇ ਵੀ 9 ਵਜੇ ਪਹੁੰਚ ਜਾਈਏ ਅਤੇ ਆਪਾਂ ਨੂੰ ਉੱਥੇ ਵੀ ਪ੍ਰਕਾਸ਼ ਹੋ ਜਾਂਦਾ ਜੀ ਆਪਣਾ ਫਿਰ ਉਹ ਸਮੇਂ 'ਤੇ, ਅਤੇ ਆਪਾਂ ਆਪਣਾ ਮੱਥਾ ਟੇਕ ਕੇ ਮਾੜਾ ਜਿਹਾ ਉੱਧਰ ਵੀ ਟੇਕ ਕੇ ਵਹਿ ਬੂ ਕੇ ਜੀ ਫਿਰ ਆਪਣਾ ਘਰ ਵੱਲ ਨੂੰ ਆ ਜਾਈਏ ਜੀ। ਮੈਂ ਸਹੀ ਦੱਸਾਂ ਤਾਂ ਅਸੀਂ ਕੁਝ ਸਮਾਂ ਪਹਿਲਾਂ ਇੱਥੇ ਖੜ੍ਹੇ ਸੀਗੇ ਔਰ ਜਿੰਨੀ ਠੰਡ ਪੈ ਰਹੀ ਹੈ ਮਤਲਬ ਕੰਬਣੀ ਛੱਡਣ ਲੱਗ ਗਈ ਸੀ ਸਰੀਰ ਨੂੰ। ਬਾਈ ਤੁਸੀਂ ਪੈਰ ਨੰਗੇ ਆਏ ਹੋ, ਕੰਬਣੀ ਛੱਡਦੀ ਨਹੀਂ, ਕੁਝ ਹੁੰਦਾ ਨਹੀਂ ਤੁਹਾਡੇ ਸਰੀਰ ਨੂੰ? ਬਾਈ ਪਤਾ ਨਹੀਂ ਲੱਗਦਾ ਜੀ, ਹੁਣ ਤੁਸੀਂ ਪਿਛਲੇ ਵਾਰ ਦੀ ਗੱਲ ਲਾ ਲਓ ਜੀ, ਪਿਛਲੇ ਵਾਰ ਮੇਰੀ ਲੱਤ ਦੁਖਦੀ ਸੀਗੀ ਜੀ, ਮੈਂ ਬੜਾ ਦੇਖਿਆ ਜੀ, ਮਤਲਬ ਨਾ ਇਹ ਸੁੰਨ ਰਹਿੰਦੀ ਸੀਗੀ, ਮਤਲਬ ਬੜਾ ਤੰਗ ਸੀ ਮੈਂ, ਠੰਡਾ ਦਾ ਹੀ ਟਾਈਮ ਸੀ ਨਾ, ਅਤੇ ਬਾਬਾ ਡਾਕਟਰਾਂ ਕੋਲ ਦਿਖਾਇਆ ਵੀ ਪਤਾ ਨਹੀਂ ਲੱਗਦਾ ਸੀਗਾ, ਅਤੇ ਪਿਛਲੇ ਵਾਰ ਵੀ ਮੈਂ ਨਹਾਉਂਦਾ ਸੀਗਾ, ਮੈਨੂੰ ਐਂ ਹੁੰਦਾ ਸੀਗਾ ਵੀ ਮਤਲਬ ਲੱਤ ਦੁਖਦੀ ਹੈ, ਮੈਂ ਕਿਵੇਂ ਜਾਊਂਗਾ। ਮੈਂ ਕਿਹਾ ਚਲੋ ਤਰਦੇ ਹਾਂ, ਮਾਲਕ ਆਪੇ ਪਜਾਊਗਾ ਜੀ, ਹੁਣ ਦੇਖ ਲਓ ਜੀ ਤੁਸੀਂ ਰੱਬ ਦੀ ਦੇਣ ਕੀ ਹੈ, ਮਤਲਬ ਮੈਂ ਤੁਰਿਆ ਮਤਲਬ ਸੋਹਾਣਾ ਸਾਹਿਬ ਤੱਕ ਤਾਂ ਬੜੀ ਦੁਖੀ, ਫਿਰ ਉਹਦੇ ਬਾਅਦ ਪਤਾ ਨਹੀਂ ਲੱਗਿਆ ਜੀ ਮੈਨੂੰ, ਉਸ ਦਿਨ ਤੋਂ ਬਾਅਦ ਜੀ ਦੇਖ ਲਓ ਮਤਲਬ 2 ਕੁ ਦਿਨੇ ਰਿਹਾ, ਫਿਰ ਪਤਾ ਨਹੀਂ ਲੱਗੇ ਜਾਂ ਤਾਂ ਆਪੇ ਰੱਬ ਨਾਲ ਠੀਕ ਹੋ ਗਈ, ਰੱਬ ਦੀ ਮਿਹਰ ਨਾਲ ਜੀ ਦੇਖ ਲਓ। ਊਂ ਅਦੇ ਕਹਿੰਦੇ ਵੀ ਚਲੋ ਤੁਸੀਂ ਤੁਰਦੇ ਨਹੀਂ ਹੋਣੇ ਤਾਂ ਹੁੰਦਾ ਨਹੀਂ, ਊਂ ਮੈਂ ਸਪੋਰਟਸ ਵੀ ਖੇਡਦਾ ਆਪਣਾ, ਫੁੱਟਬਾਲ ਐਂ ਆਪਣੀ ਐਕਟੀਵਿਟੀ ਵੀ ਹੈ, ਆਪਾਂ ਉਹ ਵੀ ਕਰਦੇ ਰਹਿੰਦੇ ਹਾਂ, ਵੀ ਇੱਦਾਂ ਕੋਈ ਇਸ਼ੂ ਨਹੀਂ ਸੀ ਵੀ ਆਪਾਂ ਤੁਰ ਲਏ ਵੀ ਉਹਦੇ ਕਰਕੇ ਠੀਕ ਹੋ ਗਈ, ਕਿਉਂਕਿ ਊਂ ਤਾਂ ਅਸੀਂ ਵੀ ਆਪਾਂ 2-3 ਘੰਟੇ ਭੱਜੀ ਦਾ ਹੁੰਦਾ, ਮਤਲਬ ਮੈਂ ਪ੍ਰੋਪਰ ਭੱਜਦਾ ਸੀ ਉਸ ਟਾਈਮ ਵੀ ਆਪਣੀ ਲੱਤ ਚੱਲਦੀ ਰਹੇ, ਊਂ ਮਾਲਕ ਦੀ ਕਿਰਪਾ ਹੀ ਵਾ, ਫਿਰ ਆਪਣੀ ਸ਼ਰਧਾ ਹੀ ਵੀ ਰੱਬ ਨੇ ਪੂਰਾ ਬਣਾ ਕੇ ਰੱਖਿਆ ਬਈ। ਸ਼ੂਜ਼ ਦੇ ਹੁੰਦੇ ਨੰਗੇ ਤਾਂ ਦੇਖੇ ਸ਼ੂਜ਼, ਤੁਹਾਨੂੰ ਵੀ ਨਹੀਂ ਕੋਈ ਦਿੱਕਤ ਆਉਂਦੀ ਇੰਨੀ ਦੂਰ ਤੁਸੀਂ ਇੰਨਾ ਪੈਂਡਾ ਕਰਕੇ ਆ ਜਾਂਦੇ ਹੋ ਇਸ ਜਗ੍ਹਾ ਦੇ ਉੱਤੇ?
ਕੀ ਲੱਗਦਾ ਕੀ ਖਿੱਚ ਇੱਦਾਂ ਜਿਹੜੀ ਉਹ ਲੈ ਕੇ ਆਉਂਦੀ ਆ? ਆਮ ਇਨਸਾਨ ਤਾਂ ਇੰਨਾ ਤੁਰਿਆ ਨਹੀਂ ਜਾਂਦਾ। ਮੇਰਾ ਮੇਨ ਇਹ ਹੁੰਦਾ ਕਿਉਂਕਿ ਸਾਡਾ ਕਦੀ ਹਫ਼ਤੇ 'ਚ ਇੱਦਾਂ ਗੇੜਾ ਹੈ ਨਹੀਂ, ਇੱਕ ਵਾਰੀ ਮਤਲਬ ਇਹ ਦਿਨਾਂ 'ਚ ਹੀ ਆਈਦਾ ਹੁੰਦਾ, ਤਾਂ ਕਰਕੇ ਇਹ ਹੁੰਦਾ ਕਿ ਅਸੀਂ ਪੈਦਲ ਹੀ ਜਾਈਏ ਤੁਰ ਕੇ। ਹਾਂਜੀ, ਮੈਂ ਇੱਕ ਚੀਜ਼ ਇੱਥੇ ਇਹ ਵੀ ਕਲੀਅਰ ਕਰਦੇ ਹਾਂ ਕਿ ਇਹ ਸ਼ਰਧਾ ਹੀ ਹੈ ਇਹਨਾਂ ਦੀ, ਕੋਈ ਇਹ ਨਹੀਂ ਸੀਗਾ ਕਿ ਅਸੀਂ ਇਹਨਾਂ ਨੂੰ ਕਿਤੋਂ ਲੈ ਕੇ ਆਏ ਹਾਂ। ਰਸਤੇ ਦੇ ਵਿੱਚ ਜਾ ਰਹੇ ਸੀ ਔਰ ਸਾਡੀ ਇੱਛਾ ਸੀ, ਕਿਉਂਕਿ ਬਹੁਤ ਸੁਣਿਆ ਕਿ ਇਸ ਇਲਾਕੇ ਦੇ ਵਿੱਚ ਲੋਕ ਭੁੰਜੇ ਵੀ ਸੁਣਦੇ ਆ, ਇਸ ਇਲਾਕੇ ਦੇ ਵਿੱਚ ਲੋਕ ਜਿਹੜੇ ਆ ਉਹ ਪੈਰੋਂ ਨੰਗੇ ਵੀ ਇਸ ਜਗ੍ਹਾ ਦੇ ਉੱਤੇ ਪਹੁੰਚਦੇ, ਇਸ ਧਰਤੀ 'ਤੇ ਪਹੁੰਚਦੇ ਆ, ਔਰ ਇਹੀ ਜਾਣਨ ਦੇ ਲਈ ਅਸੀਂ ਇਹ ਸਮਾਂ ਚੁਣਿਆ ਸੀਗਾ ਕਿ ਹਾਂ ਵੇਖੀਏ ਕਿ ਵਾਕਿਆ ਹੀ ਇਸ ਤਰ੍ਹਾਂ ਹੁੰਦਾ। ਨੌਜਵਾਨ ਜਿਹੜੇ ਆ ਉਹ ਆਪੋ ਆਪਣੇ ਢੰਗ ਦੇ ਨਾਲ ਇਸ ਜਗ੍ਹਾ ਦੇ ਉੱਤੇ ਆਉਂਦੇ ਆ, ਚੰਗੀ ਗੱਲ ਹੈ ਜਿਸ ਹਿਸਾਬ ਦੇ ਨਾਲ ਵੀ ਉਹ ਆਉਣ, ਪਰ ਇਸ ਧਰਤੀ ਦੇ ਉੱਤੇ ਆਉਣਾ ਬਹੁਤ ਜ਼ਰੂਰੀ ਹੈ, ਇਸ ਧਰਤੀ ਤੋਂ ਇੱਕ ਸੁਨੇਹਾ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਸ਼ਹੀਦਾਂ ਨੇ ਆਖਿਰਕਾਰ ਇੱਥੇ ਸ਼ਹਾਦਤਾਂ ਕਿਉਂ ਦਿੱਤੀਆਂ ਸੀ ਔਰ ਕਿਸ ਤਰ੍ਹਾਂ ਉਹਨਾਂ ਦੇ ਉੱਤੇ ਜ਼ੁਲਮ ਢਾਇਆ ਗਿਆ, ਪਰ ਉਹਨਾਂ ਨੇ ਈਨ ਨਹੀਂ ਮੰਨੀ ਅਤੇ ਧਰਮ ਦਾ ਸਾਥ ਜਿਹੜਾ ਉਹ ਨਹੀਂ ਛੱਡਿਆ। ਕੈਮਰਾਮੈਨ ਅੰਕੁਰ ਦੇ ਨਾਲ ਜਤਿੰਦਰ ਸਿੰਘ, ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ, ਸ਼੍ਰੀ ਫਤਿਹਗੜ੍ਹ ਸਾਹਿਬ।